ਹੋਰ ਜੀ ਕੀ ਹਾਲ ਚਾਲ ਹੈ ਜੀ? ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਫਿਰ ਤੋਂ ਹਾਜ਼ਰ ਹਾਂ। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਹੋਪਫੁਲੀ ਮੈਂ ਵੀ ਠੀਕ ਹਾਂ ਅਤੇ ਘਰ ਦੇ ਵੀ ਸਾਰੇ ਠੀਕ ਨੇ, ਵਧੀਆ ਚੱਲ ਰਿਹਾ। ਸੋ ਸ਼ਰਾਰਤੀ ਅਨਸਰ ਵਿੱਚ ਆ ਰਹੇ ਹਾਂ, ਸੋ ਬਹੁਤਾ ਟਾਈਮ ਵੇਸਟ ਨਾ ਕਰਦੇ ਹੋਏ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਜੋ ਬਣਾਵਾਂਗੇ ਜੋ ਮੈਂ ਸੋ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਚਲੀਏ ਜੀ ਫਿਰ, ਦੇਖੀਏ ਅੱਜ ਕੀ ਬਣਦਾ।
ਇਹ ਜਿਹੜਾ ਗੁਰਦੁਆਰਾ ਸਾਹਿਬ ਇਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਉਰੇ ਚਰਨ ਪਏ ਹੋਏ ਨੇ ਜੀ। ਇਹ ਗੁਰਦੁਆਰਾ ਸਾਹਿਬ ਪਿੰਡ ਘੜੂਏ ਵਿੱਚ ਹੈ ਅਤੇ ਘੜੂਆ ਪਿੰਡ ਮੋਹਾਲੀ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਹੈ ਅਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸਾਹਿਬ ਸ੍ਰੀ ਅਕਾਲਗੜ੍ਹ ਸਾਹਿਬ, ਤੁਸੀਂ ਦੇਖ ਸਕਦੇ ਹੋ। ਅਤੇ ਬਹੁਤ ਹੀ ਖੁੱਲ੍ਹੀ ਜਗ੍ਹਾ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਹੈ ਬਣਾਈ ਗਈ ਹੈ ਅਤੇ ਅੰਦਰ ਸਰੋਵਰ ਵੀ ਹੈ। ਇੱਥੇ ਦੱਸਿਆ ਜਾਂਦਾ ਵੀ ਅਗਰ ਹਰੇਕ ਮਹੀਨੇ ਦੀ ਜਿਹੜੀ ਦਸਵੀਂ ਹੈ ਉਹਦੇ ਭਰਦੀ ਹੈ, ਅਗਰ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ, ਕਿਸੇ ਦਾ ਕੋਈ ਕੰਮ ਨਹੀਂ ਬਣਦਾ ਹੈਗਾ ਤਾਂ ਉਰੇ ਦੀ ਮਾਨਤਾ ਹੈ, ਉਰੇ ਆ ਕੇ ਨਹਾ ਕੇ ਇਸ਼ਨਾਨ ਕਰਕੇ ਸੁਖਮਨੀ ਸਾਹਿਬ ਦਾ ਪਾਠ ਕਰੋ ਜਾਂ ਬੈਠ ਕੇ ਸੁਣੋ। ਜਿਨ੍ਹਾਂ 'ਤੇ ਨਹੀਂ ਕਰ ਹੁੰਦਾ ਉਹਨਾਂ ਦੀ ਜੋ ਵੀ ਇੱਛਾ ਹੈ ਜੋ ਵੀ ਆ ਉਹ ਪੂਰੀ ਹੁੰਦੀ ਹੈ। ਸੋ ਇਹ ਜੀ ਗੁਰਦੁਆਰਾ ਸਾਹਿਬ ਸ੍ਰੀ ਅਕਾਲਗੜ੍ਹ ਸਾਹਿਬ ਪਿੰਡ ਘੜੂਆ ਹੈ, ਮੋਹਾਲੀ ਜ਼ਿਲ੍ਹੇ ਵਿੱਚ ਪੈਂਦਾ ਜੀ। ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ। ਇੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਉਰੇ ਆਪ ਆਪਣੇ ਚਰਨ ਲੈ ਕੇ ਆਏ ਸੀ। ਬਹੁਤ ਖੁੱਲ੍ਹਾ ਡੁੱਲਾ ਗੁਰਦੁਆਰਾ ਸਾਹਿਬ ਹੈ। ਅੰਬ ਲੱਗੇ ਹੋਏ ਨੇ ਉਰੇ, ਜਾਮਣਾਂ ਲੱਗੀਆਂ ਹੋਈਆਂ। ਆਹ ਡੈਡੀ ਜੀ ਨੇ 2-3 ਅੰਬ ਤੋੜ ਵੀ ਲਏ, ਆਹ ਦੇਖੋ ਉਹ ਤਰਨ ਹੋਰ ਤੋੜ ਰਹੀ ਆ, ਉਹ ਦੇਖੋ ਇਹ ਉਹ ਮਾਰੇ ਇੱਕ ਵੀ ਨਹੀਂ ਟੁੱਟਿਆ। ਪ੍ਰਭਲੀ ਨੂੰ ਕਿੱਥੇ ਬਹਿਣਾ, ਕਿੱਥੇ ਟਰੈਕਟਰ ਤੇ ਹੈ? ਚੱਲ ਚੱਲ ਚੜ ਉੱਤੇ ਚੱਲ। ਚੱਲ ਭੈਣ ਲਓ ਜੀ, ਦੇਵ ਜੋ ਤਾਰ ਪ੍ਰਾਬਲਮ ਟਰੈਕਟਰ ਤੇ ਪੀ ਨੀ ਚੱਲਦੀ ਇਹਦੀ, ਪੀ ਪੀ ਨੀ ਚੱਲਦੀ ਉਰੇ। ਲੰਗਰ ਹਾਲ 'ਚ ਜੀ 24 ਘੰਟੇ ਲੰਗਰ ਪ੍ਰਸ਼ਾਦਾ ਪਾਣੀ ਚੱਲਦਾ ਰਹਿੰਦਾ, ਕੋਈ ਵੀ ਬੰਦਾ ਕਿਸੇ ਵੀ ਟਾਈਮ ਆ ਜਾਵੇ ਉਰੇ ਪ੍ਰਸ਼ਾਦਾ ਪਾਣੀ ਹਮੇਸ਼ਾ ਚੱਲਦਾ ਰਹਿੰਦਾ ਜੀ। 24 ਘੰਟੇ ਪ੍ਰਸ਼ਾਦਾ ਪਾਣੀ ਚੱਲਦਾ ਜੀ ਉਰੇ, ਗੁਰੂ ਸਾਹਿਬ ਦੀ ਇੰਨੀ ਮਿਹਰ ਹੈ ਜੀ ਉਰੇ। ਬਾਕੀ ਤੁਸੀਂ ਦੇਖ ਸਕਦੇ ਹੋ ਵੀ ਉਹ ਅੱਗੇ ਪਾਰਕ ਹੈ ਜੀ, ਉੱਧਰਲੇ ਪਾਸੇ ਉਹ ਉੱਧਰ ਪਾਰਕ ਹੈ ਜੀ ਛੋਟੀ ਜੀ। ਆ ਤਰਨ ਹੁਣ ਜਾਮਣਾ ਤੋੜਨ ਲੱਗ ਗਈ, ਆ ਦੇਖੋ ਥੱਲੇ ਕਿੰਨੀਆਂ ਜਾਮਣਾ ਉੱਪਰ ਤੋਂ ਝੜੀਆਂ ਹੋਈਆਂ ਨੇ, ਜਾਮਣਾ ਹੀ ਜਾਮਣਾ। ਜਾਮਣ
ਹੁਣ ਅਸੀਂ ਘਰ ਚੱਲੇ ਆ, ਅਸੀਂ ਉਹ ਗੁਰਦੁਆਰਾ ਪਿੱਛੇ ਆ, ਹੁਣ ਅਸੀਂ ਗੁਰੂ ਹੁਣ ਘਰ ਚੱਲੇ ਸੇਵਾ ਕਰਦੇ ਆ, ਸਾਰੀ ਵੀਡੀਓ ਦੇਖਾਂ ਸੇਵਾ ਕਰਦੇ ਆ, ਅੱਜ ਰਹਿੰਦੇ ਦਿਨ ਰਾਤ ਚ ਰਹਿੰਦੇ ਆ, ਡੈਡੀ ਬੈਠੇ, ਹੈਲੋ ਡੈਡੀ, ਆ ਪਾਪਾ ਬੈਠੇ, ਹੈਲੋ ਪਾਪਾ, ਉਹ ਦੇਖੋ ਆ ਮੂਰੇ ਡਿੱਗੀ ਜਾਂਦੀਆਂ ਪਈਆਂ, ਅਸੀਂ ਘਰ ਚੱਲੇ, ਪਾਪਾ ਪਤਾ ਨਹੀਂ ਕਿਹੜੀ ਰੋਡ ਤੇ ਚਲੇ ਗਏ, ਕੈਨੇਡਾ ਵਾਲੀ ਰੋਡ, ਹਾਂ ਹਾਂ ਕੈਨੇਡਾ ਵਾਲੀ ਰੋਡ ਤੇ ਆ ਗਏ, ਉਹ ਦੇਖੋ ਡੈਡੀ ਜੀ, ਆ ਦੇਖੋ ਬਿਰਜੂ, ਬਿਰਜੂ ਹੈਲੋ, ਆ ਪ੍ਰਭ ਜੀ, ਆ ਮੈਂ ਹੈਲੋ, ਜੋ ਬੋਲਦੀ ਆ ਸਾਰਾ ਕੁਝ ਇਹਨੇ ਬੋਲਿਆ ਅੱਜ, ਸਾਰਾ ਕ੍ਰੈਡਿਟ ਪ੍ਰਭ ਲਈ ਦੇ ਨਾਮ, ਹੈਲੋ, ਨਾ ਪਿਆ ਤਾਂ ਹੈ ਬੋਟਲ ਬਹੁਤ ਬੋਲਦੀ ਆ ਨਾ, ਬਹੁਤ ਜ਼ਿਆਦਾ, ਜਾਂ ਪੜ੍ਹਨੇ ਟਾਈਮ ਆ ਜਿੰਨਾ, ਫਿਰ ਇਹਨੂੰ ਨੀਂਦ ਆ ਜਾਂਦੀ ਆ, ਇਹਨੂੰ ਨੀਂਦ ਆ ਜਾਂਦੀ ਹੈ, ਯਾਰ ਇਹਦੀ ਟਿਪਸ ਰੂਸ ਸ਼ੁਰੂ ਹੋ ਜਾਂਦੀ ਆ, ਜਦੀ ਲੱਜਦੀ ਆ ਮੈਂ ਨਹੀਂ ਪਾਈ, ਇਹਨੇ ਸਾਰੇ ਖੜਿਆ ਮਾਠੀਆਂ ਕੋਲ, ਕੋੜਾ ਕਰੇ ਆ ਗਏ, ਕੋੜਾ ਉਹ ਪਾਪਾ ਕੋੜੇ ਨੂੰ ਛੋਲੇ ਖਿਲਾ ਰਹੇ, ਪਾਪਾ ਆ ਕੋੜਾ ਜ਼ੋਰ ਲਾ ਗਿਆ, ਉਹ ਕੋੜੇ ਸਾਰਾ ਛੋਲਾ ਖਾਣ ਲੱਗ ਗਿਆ, ਚਲੋ ਉਹ ਦੇਖੋ ਦੀ ਰੱਸੀ ਹੈ, ਉਹਦੇ ਬਾਲ ਕੱਟ ਕੇ ਐ ਗੰਦਾ ਹੋਇਆ ਪਿਆ, ਐਨ ਗੰਦਾ, ਹਾਂਜੀ ਸੋ ਇਹ ਸੀਗੀ ਅੱਜ ਦੀ ਵੀਡੀਓ, ਸੋ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਊਗੀ, ਇਹਦੇ ਵਿੱਚ ਅੱਧੀ ਕਮੈਂਟਰੀ ਹੈ ਜਿਹੜੀ ਉਹ ਪ੍ਰਭਲੀ ਹੁੰਦੀ ਹੈ ਨਾ, ਅਤੇ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ, ਅਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ, ਅਤੇ ਆਉਣ ਵਾਲੀ ਨਵੀਆਂ ਵੀਡੀਓਜ਼ ਦੇ ਲਈ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ, ਸੋ ਉਮੀਦ ਹੈ ਬਾਏ।